ਦੋਸਤੋ ਹਾਜ਼ਰ ਹੈ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੇ ਮੇਰੀ ਐਸੀ ਵੀਡੀਓ ਰਿਪੋਰਟ ਦੇ ਨਾਲ ਦੋ ਤੋਂ ਤਿੰਨ 파ਟ ਦੀ ਇੱਕ ਵਿਸ਼ੇਸ਼ ਸੀਰੀਜ਼ ਜਿਸ ਸੀਰੀਜ਼ ਦੇ ਵਿੱਚ ਮੈਂ ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਜਲੰਧਰ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਸਰਗਰਮ ਕੁਝ ਅਜਿਹੇ ਕ੍ਰਿਮੀਨਲਸ ਕੁਝ ਅਜਿਹੇ ਗੈਂਗਸਟਰਜ਼ ਦੀ ਘਟਨਾਵਾਂ ਦੇ ਬਾਰੇ ਵੇਰਵੇ ਲੈ ਕੇ ਹਾਜ਼ਰ ਹੋਇਆ ਹਾਂ ਜੋ ਕਿ ਇਹਨਾਂ ਸਥਾਨਕ ਲੋਕਲ ਦੇਖਣ ਵਾਲੀ ਜ਼ਿਲ੍ਹਾ ਪੱਧਰ ਦੀਆਂ ਪ੍ਰਾਤਿਕ ਘਟਨਾਵਾਂ ਦੀ ਕੜੀ ਨੂੰ ਜੋੜਨ ਵਾਲੀ ਸੀਰੀਜ਼ ਹੀ ਨਹੀਂ ਹੋਏਗੀ ਬਲਕਿ ਇਹਨਾਂ ਜ਼ਿਲ੍ਹਿਆਂ ਤੇ ਪੰਜਾਬ ਦੇ ਨਾਲ ਅਪਰਾਧਾਂ ਨੂੰ ਵਿਦੇਸ਼ਾਂ ਦੇ ਵਿੱਚ ਬੈਠੇ ਇਹਨਾਂ ਦੇ ਸਰਗਨਾ ਕਿਵੇਂ ਉੱਥੋਂ ਚਲਾ ਰਹੇ ਨੇ ਉਸ ਪੂਰੀ ਦੀ ਪੂਰੀ ਕਹਾਣੀ ਨੂੰ ਵੀ ਬਿਆਨ ਕਰੇਗੀ ਸੋ ਬਹੁਤ ਹੀ ਮਹੱਤਵਪੂਰਨ ਸੀਰੀਜ਼ ਹੈ ਕੁਝ ਲੋਕਾਂ ਵੱਲੋਂ ਡਿਮਾਂਡ ਵੀ ਆਈ ਹੈ ਲੇਕਿਨ ਅੱਜ ਦੀ ਇਸ ਸੀਰੀਜ਼ ਦੇ ਪਹਿਲੇ ਪਾਰਟ ਯਾਨੀ ਕਿ ਪਹਿਲੀ ਰਿਪੋਰਟ ਦੇ ਵਿੱਚ ਮੈਂ ਜ਼ਿਕਰ ਕਰਾਂਗਾ ਕੁਝ ਅਜਿਹੀਆਂ ਘਟਨਾਵਾਂ ਜੋ ਬੀਤੇ ਤਕਰੀਬਨ 10-11 ਦਿਨਾਂ ਦੇ ਦੌਰਾਨ ਹੋਈਆਂ ਨੇ ਦਿਸਣ ਦੇ ਵਿੱਚ ਇਹ ਆਈਸੋਲੇਟਿਡ ਘਟਨਾਵਾਂ ਲੱਗਦੀਆਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੀਆਂ ਵਾਰਦਾਤਾਂ ਨੇ ਦੋ ਅਜਿਹੀਆਂ ਵਾਰਦਾਤਾਂ ਜਿਸ ਵਿੱਚ ਤਿੰਨ ਕਤਲ ਕੀਤੇ ਗਏ ਨੇ ਦੋ ਕਤਲ ਹੁੰਦੇ ਨੇ ਜਲੰਧਰ ਦਿਹਾਤੀ ਇਲਾਕੇ ਦਾ ਪਿੰਡ ਪੁਜੇਵਾਲ ਜਿੱਥੇ ਕਿ ਇੱਕ ਮਹਿਲਾ ਜਿਸ ਦਾ ਨਾਂ ਗੁਰਪ੍ਰੀਤ ਕੌਰ 32 ਸਾਲ ਉਸ ਦੀ ਉਮਰ 6 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਉਸ ਮਹਿਲਾ ਨੂੰ ਤੇ ਉਸ ਦੀ ਮਾਂ 58 ਸਾਲਾ ਰਣਜੀਤ ਕੌਰ ਨੂੰ ਗੋਲੀਆਂ ਮਾਰਤੀਆਂ ਜਾਂਦੀਆਂ ਨੇ ਦੋ ਕ੍ਰਾਈਮਨਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਂਦੇ ਨੇ ਇਹਨਾਂ ਦੇ ਘਰੇ ਪੜਦੇ ਨੇ ਦਿਨ ਦਹਾੜੇ ਇਹਨਾਂ ਨੂੰ ਗੋਲੀਆਂ ਮਾਰ ਕੇ ਰਣਜੀਤ ਕੌਰ ਜੋ ਕਿ ਗੁਰਪ੍ਰੀਤ ਕੌਰ ਦੀ ਮਾਂ ਹੁੰਦੀ ਹੈ ਉਸ ਦੇ ਸਰੀਰ ਨੂੰ ਸਾੜਤਾ ਜਾਂਦਾ ਹੈ ਪੈਟਰੋਲ ਪਾ ਕੇ ਉਸ ਨੂੰ ਅੱਗੇ ਲਾਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਕ੍ਰਾਈਮਨਲਸ ਉੱਥੋਂ ਨਿਕਲ ਜਾਂਦੇ ਨੇ ਜਲੰਧਰ ਦੀ ਇਸ ਡਬਲ ਮਰਡਰ ਦੀ ਘਟਨਾ ਜਿਸ ਵਿੱਚ ਗੁਰਪ੍ਰੀਤ ਕੌਰ ਅਤੇ ਰਣਜੀਤ ਕੌਰ ਦਾ ਕਤਲ ਕਰਤਾ ਗਿਆ ਰਣਜੀਤ ਕੌਰ ਦੀ লাশ ਨੂੰ ਸਾੜਤਾ ਗਿਆ ਪਾਤ ਦੇ ਵਿੱਚ ਕ੍ਰਾਈਮਨਲਸ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਲੇਕਿਨ ਅਜੇ ਹੀ ਕੀ ਨੌਬਤ ਆਈ ਸੀ ਕਿ ਇੱਕ ਦਸਣ ਦੇ ਵਿੱਚ ਕੰਟਰੈਕਟ ਕਿਲਿੰਗ ਸੁਪਾਰੀ ਕਿਲਿੰਗ ਦਾ ਇਹੋ ਮਾਮਲਾ ਜਿਸ ਵਿੱਚ ਕ੍ਰਾਈਮਨਲਸ ਨੇ ਆਪਣੀ ਰੰਜਿਸ਼ ਜਾਂ ਫਿਰ ਕਿਸੇ ਦੀ ਰੰਜਿਸ਼ ਨੂੰ ਇਸ ਪੱਧਰ ਉੱਤੇ ਜਾ ਕੇ ਪੂਰਾ ਕੀਤਾ ਕਿ ਮਾਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਨ ਤੱਕ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਇੱਕ ਲਾਸ਼ ਸਾੜ ਵੀ ਦਿੱਤੀ ਗਈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕ੍ਰਾਈਮ ਹੈ ਜਿਸ ਨੇ ਕਿ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੰਸਨੀ ਪੈਦਾ ਕਰਕੇ ਰੱਖੀ ਦਿਸਣ ਦੇ ਵਿੱਚ ਕ੍ਰਾਈਮ ਆਫ ਪੈਸ਼ਨ ਹੈ ਲੇਕਿਨ ਕਿਵੇਂ ਆਰਗੇਨਾਈਜ਼ਡ ਕ੍ਰਾਈਮ ਸੰਗਠਿਤ ਅਪਰਾਧ ਇਹਨਾਂ ਤਿੰਨਾਂ ਚਾਰਾਂ ਜ਼ਿਲ੍ਹਿਆਂ ਜਿਨ੍ਹਾਂ ਦਾ ਮੈਂ ਨਾਮ ਲਿਆ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਰੇਟ ਕਰਨ ਵਾਲੇ ਖਤਰਨਾਕ ਕ੍ਰਿਮੀਨਲ ਤੇ ਗੈਂਗਸਟਰਾਂ ਦੀ ਉਸ ਕੜੀ ਨੂੰ ਇਹ ਪੂਰਾ ਦਾ ਪੂਰਾ ਕੇਸ ਜੋੜੇਗਾ ਇਹ ਆਪਾਂ ਆਉਣ ਵਾਲੇ 1 2 ਹੋਰ ਆਪਣੀਆਂ ਰਿਪੋਰਟਸ ਦੇ ਵਿੱਚ ਚੰਗੀ ਤਰ੍ਹਾਂ ਸਮਝ ਪਾਵਾਂਗੇ ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਜਲੰਧਰ ਦੇ ਇਸ ਡਬਲ ਮਰਡਰ ਕੇਸ ਇਸ ਦੇ ਪਿਸ਼ੌਕੜ ਬੈਕਗਰਾਉਂਡ ਤੇ ਕਿਹੜੇ ਕ੍ਰਿਮੀਨਲ ਅਨਸਰ ਕਿਹੜਾ ਕ੍ਰਿਮੀਨਲ ਸਿੰਡੀਕੇਟ ਵਿਦੇਸ਼ਾਂ ਦੇ ਵਿੱਚ ਅਮਰੀਕਾ ਦੇ ਵਿੱਚ ਬੈਠ ਕੇ ਇਸ ਤਰੀਕੇ ਦੀਆਂ ਵਾਰਦਾਤਾਂ ਕਰਵਾ ਰਿਹਾ ਇਨਕਲੂਡਿੰਗ ਥਿਸ ਵਨ ਇਸ ਡਬਲ ਮਰਡਰ ਕੇਸ ਦੇ ਪਿੱਛੇ ਕਿਹੜਾ ਵੱਡਾ ਰਿੰਗ ਹੈ ਉਸ ਦੇ ਬਾਰੇ ਵੀ ਤੁਹਾਡੇ ਨਾਲ ਸਾਂਝੇ ਕਰਾਂ ਇਹ ਵੀ ਦੱਸਦਾ ਕਿ 17 ਅਕਤੂਬਰ ਦੀ ਇਸ ਜਲੰਧਰ ਦੇ ਡਬਲ ਮਰਡਰ ਦੀ ਵਾਰਦਾਤ ਤੋਂ 3 ਦਿਨ ਪਹਿਲਾਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਇਲਾਕੇ ਦੇ ਵਿੱਚ ਇੱਕ ਸੈਲੂਨ ਚਲਾਣ ਵਾਲੇ ਨਾਈ ਗੁਰਦੀਪ ਸੋਨੂ ਦਾ ਕਤਲ ਕੀਤਾ ਜਾਂਦਾ ਹੈ ਇਹ ਦੱਸਿਆ ਜਾਂਦਾ ਹੈ ਕਿ ਤਿੰਨ ਮੋਟਰਲ ਸਾਈਕਲ ਉੱਤੇ ਸਵਾਰ ਨਕਾਬਕੋਸ਼ ਵਿਅਕਤੀ ਉਸ ਦੀ ਦੁਕਾਨ ਦੇ ਸਾਹਮਣੇ ਆਂਦੇ ਨੇ ਉਸ ਨੂੰ ਦੁਕਾਨ ਤੋਂ ਬੁਲਾਉਂਦੇ ਨੇ ਕੀ ਗੱਲਬਾਤ ਕਰਦੇ ਨੇ ਇਸ ਜੀ ਦੇ ਵੇਰਵੇ ਸਾਹਮਣੇ ਨਹੀਂ ਆ ਪਏ ਲੇਕਿਨ ਗੁਰਦੀਪ ਸੋਨੂ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਲਜਾਇਆ ਜਾਂਦਾ ਹੈ ਤੇ ਉਸ ਤੋਂ ਕੁਝ ਹੀ ਦੇਰ ਬਾਅਦ ਯਾਨੀ ਕਿ 20-25 ਮਿੰਟਾਂ ਦੇ ਬਾਅਦ ਉਸ ਦਾ ਕਤਲ ਕਰਤਾ ਜਾਂਦਾ ਹੈ ਕੁਝ ਘੰਟਿਆਂ ਬਾਅਦ ਜਾਣਕਾਰੀ ਜਦੋਂ ਉਸ ਦੇ ਪਰਿਵਾਰ ਨੂੰ ਲੱਗੀ ਉਹਨਾਂ ਨੇ ਉਧਰ ਉਧਰ ਜਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਨੇੜੇ ਦੇ ਇੱਕ ਮੈਰਿਜ ਪੈਲੇਸ ਦੇ ਪਿੱਛੋਂ ਸੁਨਸਾਨ ਇਲਾਕੇ ਤੋਂ ਗੁਰਦੀਪ ਸੋਨੂ ਦੀ ਜਿਹੜੀ লাশ ਸੀ ਉਸ ਨੂੰ ਬਰਾਮਦ ਕੀਤਾ ਗਿਆ ਇਸ ਮਾਮਲੇ ਦੀ ਗੁੱਥੀ ਕਾਫੀ ਹੱਦ ਤੱਕ ਪੁਲਿਸ ਨੇ ਸੁਲਝਾਈ ਹੈ ਤੇ ਇਸ ਕੇਸ ਦੇ ਵਿੱਚ ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਲੇਕਿਨ ਮੁੱਖ ਹਮਲਾਵਰ ਗੁਰਦੀਪ ਸੋਨੂ ਦੇ ਕਤਲ ਕੇਸ ਦਾ ਜਿਸ ਦਾ ਨਾਂ ਕਰਨਜੀਤ ਸਿੰਘ ਏਲੀਅਸ ਜੱਸਾ ਹੈ ਜਿਸ ਨੂੰ ਜੱਸਾ ਹੈਪੋਵਾਲ ਦੇ ਨਾਂ ਨਾਲੋਂ ਵੀ ਜਾਣਿਆ ਜਾਂਦਾ ਹੈ ਉਹ ਅਜੇ ਤੱਕ ਕੇਸ ਦੇ ਵਿੱਚ ਫੜਿਆ ਨਹੀਂ ਗਿਆ ਹੈ ਸומਣ ਦੇ ਵੀ ਸਵਾਲ ਜ਼ਰੂਰ ਆਉਂਦਾ ਹੈ ਕਿ ਜੱਸਾ ਹੈਪੋਵਾਲ ਤੇ ਜਲੰਧਰ ਦੇ ਡਬਲ ਮਰਡਰ ਕੇਸ ਦਾ ਆਪਸ ਦੇ ਵਿੱਚ ਕੀ ਕਨੈਕਸ਼ਨ ਹੈ ਬਹੁਤ ਗਹਿਰਾ ਕਨੈਕਸ਼ਨ ਹੈ ਨਵਾਂ ਸ਼ਹਿਰ ਦੇ ਬੰਗੇ ਦੇ ਵਿੱਚ ਗੁਰਦੀਪ ਸੋਨੂ ਦਾ ਕਤਲ ਕਰਨ ਤੋਂ ਠੀਕ 3 ਦਿਨ ਬਾਅਦ ਜਲੰਧਰ ਵਿਖੇ 17 ਅਕਤੂਬਰ ਸਵੇਰੇ ਜਾ ਕੇ ਗੁਰਪ੍ਰੀਤ ਕੌਰ ਤੇ ਉਸਦੀ ਮਾ ਦਾ ਕਤਲ ਕਰਨ ਵਾਲਾ ਵਿਅਕਤੀ ਉਹਨਾਂ ਦੋ ਗੈਂਗਸਟਰਾਂ ਦੇ ਵਿੱਚੋਂ ਜੋ ਮੋਟਰਸਾਈਕਲ ਦੇ ਉੱਤੇ ਆਏ ਜਿਸ ਦੀ ਸੀਸੀਟੀਵੀ ਫੁਟੇਜ ਜਲੰਧਰ ਦੇ ਹਾਤੀ ਪੁਲਿਸ ਨੇ ਜਾਰੀ ਕੀਤੀ ਉਹ ਗੈਂਗਸਟਰ ਕੋਈ ਹੋਰ ਨਹੀਂ ਬਲਕਿ ਇਹੀ ਜੱਸਾ ਹੈਪੋਵਾਲਸੀ ਸੋ ਜੱਸਾ ਹੈਪੋਵਾਲ ਇੱਕ ਬਹੁਤ ਹੀ ਖਤਰਨਾਕ ਕ੍ਰਿਮੀਨਲ ਹੈ ਤੇ ਇਹ ਜੱਸਾ ਹੈਪੋਵਾਲ ਕੰਮ ਕਰਦਾ ਹੈ ਅਮਰੀਕਾ 베ਸਟ ਗੈਂਗਸਟਰ ਸੋਨੂ ਖਤਰੀ ਰਕੇਸ਼ ਕੁਮਾਰ ਐਲੀਅਸ ਸੋਨੂ ਖਤਰੀ ਲਈ ਉਸਦੇ ਇਸ਼ਾਰੇ ਉੱਤੇ ਪਿਤੇ ਤਕਰੀਬਨ 1 ਸਵਾ 1 ਸਾਲ ਦੌਰਾਨ ਕਈ ਵੱਡੀਆਂ ਵਾਰਦਾਤਾਂ ਜੋ ਕਿ ਨਵਾਂ ਸ਼ਹਿਰ ਬੰਗਾ ਚਲੰਦਰ ਦੇ ਇਲਾਕੇ ਦੇ ਵਿੱਚੋਂ ਹੀ ਆ ਜਿਸ ਦੇ ਵਿੱਚ ਸਭ ਤੋਂ ਵੱਡਾ ਮਰਡਰ ਕੇਸ ਸੀ ਮੱਖਣ ਕੰਗ ਦਾ ਮਰਡਰ ਕੇਸ ਜ਼ਿਆਦਾ ਮੈਂ ਵੇਰਵੇ ਵਿੱਚ ਨਹੀਂ ਜਾਵਾਂਗਾ ਮੱਖਣ ਕੰਗ ਮਰਡਰ ਕੇਸ ਦੀ ਗੱਲਬਾਤ ਕਿਉਂਕਿ ਮੈਂ ਆਪਣੀਆਂ ਅਗਲੀਆਂ ਇੱਕ ਜਾਂ ਦੋ ਹੋਰ ਰਿਪੋਰਟਾਂ ਦੇ ਵਿੱਚ ਡਿਟੇਲ ਦੇ ਵਿੱਚ ਕਰਨੀ ਹੈ ਸੋ ਅੱਜ ਸਿਰਫ ਇਹਨਾਂ ਦੱਸਦੇ ਕਿ ਮੱਖਣ ਕੰਗ ਮਰਡਰ ਕੇਸ ਜੋ ਕਿ ਰਾਹੋਂ ਦੇ ਵਿੱਚ ਹੋਇਆ ਸੀ ਨਵਾਂ ਸ਼ਹਿਰ ਦਾ ਰਾਹੋਂ ਪਿੰਡ ਜਿੱਥੋਂ ਦੇ ਇੱਕ ਪੈਟਰੋਲ ਪੰਪ ਵਿਖੇ ਮੱਖਣ ਕੰਗ ਨੂੰ ਗੋਲੀਆਂ ਮਾਰਤੀਆਂ ਗਈਆਂ ਸੀ ਇੱਕ ਟਾਟਾ ਸਫਾਰੀ ਦੇ ਵਿੱਚ ਸਵਾਰ ਹੋ ਕੇ ਦਰਜਨਾਂ ਦੀ ਗਿਣਤੀ ਦੇ ਵਿੱਚ ਕੁਝ ਲੋਕ ਆਂਦੇ ਨੇ ਹੋਰ ਵੀ ਗੱਡੀਆਂ ਹੁੰਦੀਆਂ ਨੇ ਗੋਲੀਆਂ ਦੇ ਨਾਲ ਢੇਰ ਕਰਤਾ ਜਾਂਦਾ ਮੱਖਣ ਕੰਗ ਨੂੰ ਆਪਸੀ ਗੈਂਗਵਾਰ ਗੈਂਗ ਰੈਵਲਰੀ ਇਸ ਨੂੰ ਮੰਨਿਆ ਗਿਆ ਲੇਕਿਨ ਇਸ ਹਮਲੇ ਦੇ ਵਿੱਚ ਵੀ ਸ਼ੂਟਨਾ ਤੇ ਹਮਲਾਵਰਾਂ ਵਿੱਚੋਂ ਇੱਕ ਸੀ ਜੱਸਾ ਹੱਪਵਾਲ ਇਸ ਤਰੀਕੇ ਦੇ ਨਾਲ ਪਿਛਲੇ 1 ਸਾਲ 1 ਸਵਾ 1 ਸਾਲ ਦੇ ਅਰਸੇ ਦੌਰਾਨ ਚਾਰ ਵੱਡੀਆਂ ਅਪਰਾਧ ਦੀਆਂ ਵਾਰਦਾਤਾਂ ਜਿਸ ਵਿੱਚ ਚਾਰ ਕਤਲ ਕੀਤੇ ਜਾਂਦੇ ਨੇ ਇੱਕ ਦੋ ਹੋਰ ਅਜਿਹੀਆਂ ਵਾਰਦਾਤਾਂ ਨੇ ਜਿਨ੍ਹਾਂ ਦੇ ਵੇਰਵੇ ਮੇਰੇ ਕੋਲ ਪੱਕੇ ਤਰੀਕੇ ਦੇ ਨਾਲ ਨਹੀਂ ਹੈਗੇ ਨੇ ਕਿਉਂਕਿ ਮੈਂ ਤੁਹਾਡੇ ਨਾਲ ਫਿਲਹਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਲੇਕਿਨ ਐਡੇ ਵੱਡੇ ਪੱਧਰ ਉੱਤੇ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਇਲਾਕੇ ਦੇ ਵਿੱਚ ਐਕਟਿਵ ਜਿਹੜਾ ਸੋਨੂ ਖੱਤਰੀ ਦਾ ਗੈਂਗ ਹੈ ਨਜਾਇਜ਼ ਸ਼ਰਾਬ ਤੇ ਨਸ਼ੇ ਦੀ ਤਸਕਰੀ ਦੇ ਕਾਰੋਬਾਰ ਦੇ ਵਿੱਚ ਇਨਵੋਲਡ ਇਨ ਅ ਕ੍ਰਿਮੀਨਲ ਇਨ ਅ ਗੈਂਗਸਟਰ ਵਲ ਨੂੰ ਇਸ ਤਰੀਕੇ ਦੀਆਂ ਅਪਰਾਧਿਕ ਵਾਰਦਾਤਾਂ ਨੂੰ ਤਰਲਲੇ ਦੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ਸਭ ਤੋਂ ਦੁਬਿਦਾਦੀ ਤੇ ਚਿੰਤਾ ਦੀ ਗੱਲ ਇਹ ਹੈ ਕਿ ਇਹਨਾਂ ਘਟਨਾਵਾਂ ਨੂੰ ਜ਼ਿਲ੍ਹਾ ਸਥਾਨਕ ਜ਼ਿਲ੍ਹਾ ਦੀ ਜਿਹੜੇ ਪੁਲਸਾਂ ਹੁੰਦੀਆਂ ਨੇ ਚਾਹੇ ਨਵਾਂ ਸ਼ਹਿਰ ਦੀ ਪੁਲਿਸ ਹੋਵੇ ਚਲੰਦਰ ਦੀ ਪੁਲਿਸ ਹੋਵੇ ਹੁਸ਼ਿਆਰਪੁਰ ਦੀ ਪੁਲਿਸ ਹੋਵੇ ਆਪਣੇ ਆਪਣੇ ਜ਼ਿਲ੍ਹਾ ਦੇ ਜ਼ਿਲ੍ਹਿਆਂ ਦੇ ਆਈਸੋਲੇਟਿਡ ਮਾਮਲੇ ਮੰਨ ਕੇ ਇਹਨਾਂ ਦੀ ਤਫ਼ਤੀਸ਼ ਕਰਦੀਆਂ ਨੇ ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਕਿਉਂਕਿ ਸਾਰੀ ਕੜੀਆਂ ਜੋੜ ਰਹੇ ਹਾਂ ਸੋ ਇਹ ਮਾਮਲਾ ਸਿਰਫ ਤਿੰਨ ਜ਼ਿਲ੍ਹਿਆਂ ਦਾ ਹੀ ਆ ਪੰਜਾਬ ਦਾ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਬਹੁਤ ਵੱਡਾ ਕ੍ਰਾਈਮਨਲ ਸਿੰਡੀਕੇਟ ਚੱਲਦਾ ਪਿਆ ਹੈ ਸੋਨੂ ਖਤਰੀ ਦਾ ਗੈਂਗ ਜਿਸ ਦੇ ਤਾਰ ਸਿਰਫ ਇਹਨਾਂ ਛੋਟੇ-ਮੋਟੇ ਕ੍ਰਾਈਮਨਲਸ ਦੇ ਨਾਲ ਨਹੀਂ ਬਲਕਿ ਲੋਰੈਂਸ ਬਿਸ਼ਨੋਈ ਤੇ ਹਰਵਿੰਦਰ ਰਿੰਦੇ ਦੇ ਨਾਲ ਜੁੜਦੇ ਨੇ ਉਸ ਕ੍ਰਾਈਮਨਲ ਰਿੰਗ ਦੀ ਵੀ ਗੱਲਬਾਤ ਕਰਾਂਗੇ ਲੇਕਿਨ ਅਗਲੀਆਂ ਰਿਪੋਰਟਾਂ ਦੇ ਵਿੱਚ ਇੱਥੇ ਦੱਸਣਾ ਜ਼ਰੂਰੀ ਹੈ ਕਿ ਸੋਨੂ ਖਤਰੀ ਨਾਮਜ਼ਦ ਹੈ ਨਵਾਂ ਸ਼ਹਿਰ ਦੇ CIA ਉੱਤੇ ਹੈਂਡ ਗ੍ਰੇਨੇਡ ਜਿਹੜੇ ਸਿੱਟੇ ਗਏ ਸੀ ਹਰਵਿੰਦਰ ਰਿੰਦਾ ਦੇ ਇਸ਼ਾਰੇ ਉੱਤੇ ਪੂਰੀ ਦੀ ਪੂਰੀ ਬਾਰਦਾਤ ਨੂੰ ਅੰਜਾਮ ਦਵਾਇਆ ਗਿਆ ਸੀ ਉਸ ਕੇਸ ਦੇ ਵਿੱਚ ਵੀ ਸੋਨੂ ਖत्री ਦਾ ਨਾਂ ਆਉਂਦਾ ਹੈ ਲੇਕਿਨ ਇਹ ਗੱਲਾਂ ਬਾਤਾਂ ਆਪਾਂ ਬਾਅਦ ਦੇ ਵਿੱਚ ਅਗਲੀਆਂ ਰਿਪੋਰਟਸ ਦੇ ਵਿੱਚ ਕਰ ਲਾਂਗੇ ਕਿਉਂਕਿ ਸਮਾਂ ਹੈ ਕ੍ਰਾਈਂ ਕੁਡਲੀ ਸੋਨੂ ਖत्री ਦੀ ਕੀ ਕਹਿੰਦੀ ਹੈ ਇਹ ਚੀਜ਼ਾਂ ਅਗਲੀਆਂ ਰਿਪੋਰਟਾਂ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਲੇਕਿਨ ਅੱਜ ਗੱਲ ਫੇਰ ਵਾਪਸ ਉਸੇ ਡਬਲ ਮਟਰ ਤੇ ਆਨੇ ਜੱਸਾ ਹੈਪੋਵਾਲ ਤੁਸੀਂ ਜਾਣ ਚੁੱਕਿਓ ਉਹ ਕ੍ਰਾਈਮਨਲ ਜਿਸ ਨੇ ਕੀ ਪਿਤੇ 10 ਦਿਨਾਂ ਦੇ ਵਿੱਚ ਤਿੰਨ ਕਤਲ ਪੰਜਾਬ ਦੇ ਵਿੱਚ ਕਰਤੇ ਹੈਗੇ ਨੇ ਨਮਸਕਾਰ ਤੇ ਜਲੰਧਰ ਦਾ ਡਬਲ ਮਰਡਰ ਹੁਣ ਇਸ ਜਲੰਧਰ ਦੇ ਡਬਲ ਮਰਡਰ ਕੇਸ ਦੇ ਨਾਲ ਜੁੜਦੇ ਨੇ ਦੋ ਅਪਰਾਧੀਆਂ ਦੇ ਨਾਂ ਦੋ ਅਪਰਾਧਿਕ ਅਨਸਰ ਇੱਕ ਤਾਂ ਜੱਸਾ ਹੈਪੋਵਾਲ ਜਿਸ ਨੇ ਕੀ ਕਤਲ ਆਪਣੇ ਹੱਥਾਂ ਦੇ ਨਾਲ ਕੀਤਾ ਪੁਲਿਸ ਦੀ ਤਫਤੀਸ਼ ਦੇ ਮੁਤਾਬਕ ਜੱਸਾ ਹੈਪੋਵਾਲ ਇਸ ਪੂਰੀ ਦੀ ਪੂਰੀ ਵਾਰਦਾਤ ਡਬਲ ਮਰਡਰ ਦੇ ਵਿੱਚ ਇਨਵੋਲਵ ਸੀ ਸੋਮਨ ਸੋ ਕੀ ਰਣਜੀਤ ਕੌਰ ਨੂੰ ਸਾੜਨ ਦੇ ਵਿੱਚ ਵੀ ਜੱਸਾ ਹੈਪੋਵਾਲ ਦੀ ਭੂਮਿਕਾ ਹੋ ਸਕਦੀ ਹੈ ਤੇ ਦੂਸਰਾ ਜੱਸਾ ਹੈ ਗੁਰਪ੍ਰੀਤ ਕੌਰ ਦਾ ਪਤੀ ਜੱਸਾ ਮੋਣੋਵਾਲੀਆ ਹੁਸ਼ਿਆਰਪੁਰ ਦਾ ਮੋਣੋਵਾਲ ਪਿੰਡ ਜਿੱਥੋਂ ਦਾ ਰਹਿਣ ਵਾਲਾ ਜੱਸਾ ਮੋਣੋਵਾਲੀਆ ਸੋਨੂ ਖੱਤਰੀ ਦਾ ਪੁਰਾਣਾ ਜਾਣਕਾਰ ਹੈ ਮੰਨਿਆ ਜਾਂਦਾ ਹੈ ਕਿ ਸੋਨੂ ਖੱਤਰੀ ਨੇ ਸੈਂਕੜਾ ਦੀ ਗਿਣਤੀ ਦੇ ਵਿੱਚ ਇਸ ਇਲਾਕੇ ਦੇ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਆਪਣੇ ਰਿੰਗ ਦੇ ਆਪਣੇ ਸਰਕਟ ਦੇ ਜਿਹੜੇ ਕ੍ਰਿਮੀਨਲ ਅੰਸਰ ਸਨ ਨੌਜਵਾਨ ਸਨ ਉਹਨਾਂ ਨੂੰ ਵਿਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਆਪਣੇ ਕੋਲ ਬੁਲਾਇਆ ਹੈ ਤੇ ਪਿਛਲੇ ਡੇਢ ਦੋ ਸਾਲਾਂ ਦੇ ਵਿੱਚ ਇੱਕ ਭਲਾਇਆ ਨ ਇੱਕ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚੋਂ ਕ੍ਰਿਮੀਨਲਸ ਦਾ ਹੋਇਆ ਹੈ ਜੋ ਕਿ ਹੁਣ ਇਸ ਵਕਤ ਜਾ ਕੇ ਸੋਨੂ ਖੱਤਰੀ ਨੂੰ ਜੁਆਇਨ ਕਰ ਚੁੱਕੇ ਨੇ ਇਹਨਾਂ ਵਿੱਚੋਂ ਇੱਕ ਹੈ ਜੱਸਾ ਮੋਣੋਵਾਲੀਆ ਜਿਸਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਜੁਲਾਈ 2023 ਦਾ ਮਹੀਨਾ ਤਰੀਕ 21 ਜੁਲਾਈ ਇੱਕ ਵਾਰਦਾਤ ਹੋਈ ਸੀ ਚੰਡੀਗੜ੍ਹ ਦੇ ਨੇੜੇ ਜ਼ਿਰਕਪੁਰ ਜ਼ਿਰਕਪੁਰ ਦੇ ਇੱਕ ਭੀੜ ਭੜੱਕੇ ਦੇ ਇਲਾਕੇ ਦੇ ਵਿੱਚ ਇੱਕ ਕਾਰ ਦੇ ਵਿੱਚ ਜਾ ਰਹੇ ਵਿਅਕਤੀ ਇੰਦਰਜੀਤ ਤੇ ਉਸਦੇ ਸਾਥੀ ਸਤਵੀਰ ਸਿੰਘ ਉੱਤੇ ਗੋਲੀਆਂ ਚਲਾਈਆਂ ਗਈਆਂ ਇੰਦਰਜੀਤ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਲੇਕਿਨ ਉਹ ਬਚ ਗਿਆ ਤੇ ਸਤਵੀਰ ਦੇ ਪੱਟ 'ਚ ਗੋਲੀ ਲੱਗੀ ਇਹ ਜਿਹੜੀ ਵਾਰਦਾਤ ਕਰਵਾਈ ਗਈ ਸੀ ਬਾਅਦ ਦੇ ਵਿੱਚ ਇਸ ਵਾਰਦਾਤ ਤੋਂ ਬਾਅਦ ਜ਼ਿੰਮੇਵਾਰੀ ਲਈ ਗਈ ਜੱਸਾ ਮੋਣੋਵਾਲੀਆ ਵੱਲੋਂ ਜੱਸਾ ਮੋਣੋਵਾਲੀਆ ਤੇ ਇਹ ਵਿਅਕਤੀ ਜਿਸ ਨੂੰ ਗੋਲੀ ਮਾਰੀ ਗਈ ਸੀ ਕੁਝ ਕ੍ਰਾਈਮਨਲਸ ਨੇ ਗੋਲੀ ਮਾਰੀ ਸੀ ਉਹ ਵਿਅਕਤੀ ਇੰਦਰਜੀਤ ਆਪਸ ਦੇ ਵਿੱਚ ਬਿਜ਼ਨਸ ਪਾਰਟਨਰ ਸੀ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਸਾਂਝੇ ਤੌਰ ਤੇ ਚਲਾਉਂਦੇ ਸਨ ਆਪਸ ਦੇ ਵਿੱਚ ਇਹਨਾਂ ਦੀ ਯਾਰੀ ਦੋਸਤੀ ਮਿੱਤਰਤਾ ਕਈ ਦਹਾਕੇ ਪੁਰਾਣੀ ਸੀ ਜੱਸਾ ਮੋਣੋਵਾਲੀਆ ਅੱਜ ਤੋਂ ਤਕਰੀਬਨ 9-10 ਮਹੀਨੇ ਪਹਿਲਾਂ ਹੀ ਅਮਰੀਕਾ ਨਿਕਲ ਚੁੱਕਾ ਸੀ ਸੋਨੂ ਖੱਤਰੀ ਨੇ ਫੇਕ ਪਛਾਣ ਯਾਨੀ ਕਿ ਗਲਤ ਦਸਤਾਵੇਜ਼ਾ ਦੇ ਉੱਤੇ ਆਧਾਰਿਤ ਜਿਹੜੇ ਪਾਸਪੋਰਟ ਬਣਦੇ ਨੇ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਵੀ ਆਪਣੀ ਕਈ ਰਿਪੋਰਟਾਂ ਵਿੱਚ ਕਰ ਚੁੱਕਾ ਹਾਂ ਉਸੇ ਤਰੀਕੇ ਦੇ ਨਾਲ ਮੈਕਸੀਕੋ ਜਾਂ ਕਿਸੇ ਹੋਰ ਰਸਤੇ ਤੋਂ ਹੁੰਦਿਆਂ ਹੋਇਆਂ ਇਸ ਜੱਸਾ ਮੋਨੋਵਾਲੀਆ ਨੂੰ ਅਮਰੀਕਾ ਬੁਲਾ ਲਿਆ ਜਿਵੇਂ ਕਿ ਉਸਨੇ ਆਪਣੇ ਇਲਾਕੇ ਦੇ ਸੈਂਕੜਾਂ ਦੀ ਗਿਣਤੀ ਦੇ ਵਿੱਚ ਹੋਰ ਨੌਜਵਾਨਾਂ ਨੂੰ ਵੀ ਬੁਲਾਣ ਦਾ ਕੰਮ ਕੀਤਾ ਹੈ ਇੱਕ ਕੰਜ਼ਰਵੇਟਿਵ ਜਿਹਾ ਇੱਕ ਅੰਕੜਾ ਹੈ ਇਹ ਮੰਨਿਆ ਜਾਂਦਾ ਹੈ ਕਿ ਤਕਰੀਬਨ 100 ਦੇ ਆਸ-ਪਾਸ ਅਜਿਹੇ ਨੌਜਵਾਨ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਇਹਨਾਂ तमाम ਇਲਾਕਿਆਂ ਦੇ ਹੋ ਸਕਦੇ ਨੇ ਜਲੰਧਰ ਵਗੈਰਾ ਡਿਸਟ੍ਰਿਕਟ ਦੇ ਹੋ ਸਕਦੇ ਨੇ ਜੋ ਕਿ ਸੋਨੂ ਖਤਰੀ ਦੇ ਨਾਲ ਜੁੜੇ ਹੋਏ ਸੀ ਇਸ ਦੇ ਕ੍ਰਿਮੀਨਲ ਨੈਕਸਸ ਦੇ ਵਿੱਚ ਕੰਮ ਕਰਦੇ ਸਨ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਬੁਲਾ ਲਿਆ ਗਿਆ ਹੈ ਤੇ ਸਾਰੇ ਦੇ ਸਾਰੇ ਫਰਜ਼ੀ ਪਾਸਪੋਰਟਾਂਆਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰਿਤ ਪਾਸਪੋਰਟਾਂ ਦੇ ਬੇਸ ਉੱਤੇ ਹੀ ਇਹਨਾਂ ਹੀ ਰੂਟਾਂ ਦੇ ਜ਼ਰੀਏ ਹੋ ਕੇ ਉੱਤੇ ਤੱਕ ਪਹੁੰਚਦੇ ਨੇ ਸੋ ਜੱਸਾ ਮੋਨੋਵਾਲੀਆ ਸੋਨੂ ਖਤਰੀ ਦੇ ਨਾਲ ਹੁੰਦਾ ਹੈ ਇਹ ਜਦੋਂ ਜਾਜਿਰਖਪੁਰ ਦੀ ਵਾਰਦਾਤ ਹੁੰਦੀ ਹੈ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਜਾਂਦੀ ਹੈ ਸੋਸ਼ਲ ਮੀਡੀਆ ਪੋਸਟ ਉੱਤੇ ਜੱਸਾ ਮੋਹਨ ਵਾਲੀਆ ਇਹ ਇਲਜ਼ਾਮ ਲਾਂਦਾ ਹੈ ਕਿ ਇਹ ਇੰਦਰਜੀਤ ਨੇ ਉਸ ਦੇ ਨਾਲ ਧੋਖਾ ਕੀਤਾ ਹੈ ਧਰੋਹ ਕੀਤਾ ਹੈ ਸੋਸ਼ਲ ਮੀਡੀਆ ਉੱਤੇ ਪਾਈ ਗਈ ਪੋਸਟ ਦੇ ਵਿੱਚ ਜੱਸਾ ਮੋਹਨ ਵਾਲੀਆ ਨੇ ਇਲਜ਼ਾਮ ਲਾਇਆ ਕਿ ਉਸ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਉਸ ਦੇ ਪੁਰਾਣੇ ਸਾਥੀ ਤੇ ਬਿਜ਼ਨਸ 파ਟਨਰ ਰਹੇ ਇੰਦਰਜੀਤ ਦੇ ਉਸ ਦੇ ਅਮਰੀਕਾ ਜਾਣ ਤੋਂ ਬਾਅਦ ਉਸ ਦੀ ਪਤਨੀ ਨੂੰ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਇੰਦਰਜੀਤ ਨੇ ਫਸਾਇਆ ਇਸੇ ਕਾਰਨ ਉਸ ਨੂੰ ਜ਼ਿਰਕਪੁਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਹਾਲਾਂਕਿ ਇੰਦਰਜੀਤ ਇਸ ਕੇਸ ਦੇ ਵਿੱਚ ਬਚ ਗਿਆ ਇਸ ਮਾਮਲੇ ਇਸ ਘਟਨਾ ਤੋਂ ਬਾਅਦ ਜ਼ਿਰਕਪੁਰ ਮੋਹਾਲੀ ਪੁਲਿਸ ਹਰਕਤ ਵਿੱਚ ਆਂਦੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਹਰਕਤ ਵਿੱਚ ਆਂਦੀ ਹੈ ਇਹ ਚੀਜ਼ ਕਲੀਅਰ ਹੁੰਦੀ ਹੈ ਕਿ ਇਹ ਵਾਰਦਾਤ ਸੋਨੂ ਖਤਰੀ ਗੈਂਗ ਦੇ ਹੀ ਕ੍ਰਿਮੀਨਲ ਤੇ ਅਨਸਰਾਂ ਵੱਲੋਂ ਅੰਜਾਮ ਦਵਾਈ ਗਈ ਵਾਰਦਾਤ ਹੈ ਜਿਸ ਤੋਂ ਬਾਅਦ ਤਰਪકડ ਸ਼ੁਰੂ ਹੋਈ ਹਾਲ ਹੀ ਵਿੱਚ ਯਾਨੀ ਕਿ 9 ਸਤੰਬਰ ਦੇ ਆਸ-ਪਾਸ ਤਿੰਨ ਅਜਿਹੇ ਕ੍ਰਿਮੀਨਲ ਜੋ ਕਿ ਗ੍ਰਿਫਤਾਰ ਕੀਤੇ ਗਏ ਭਾਰਤ ਅਤੇ ਨੇਪਾਲ ਦੇ ਬਾਰਡਰ ਤੋਂ ਨੇਪਾਲ ਦੇ ਵਿੱਚੋਂ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਨੇਪਾਲ ਤੇ ਰਸਤੇ ਕਾਠਮੰਡੂ ਦੇ ਰਸਤੇ ਹੋ ਕੇ ਉਹਨਾਂ ਨੇ ਵੀ ਬਾਹਰ ਮੈਕਸੀਕੋ ਜਾਂ ਕਿਸੇ ਹੋਰ ਮੁਲਕ ਦੇ ਜ਼ਰੀਏ ਅਮਰੀਕਾ ਹੀ ਸੋਨੂ ਖत्री ਕੋਲ ਪਹੁੰਚਣ ਦੀ ਕੋਸ਼ਿਸ਼ ਕਰਨੀ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਐਂਟੀ ਗੈਂਗਸ ਦੇ ਟਾਸਕ ਫੋਰਸ ਅਤੇ ਦੇਸ਼ ਨਿਆਉ ਯਾਨੀ ਕਿ ਪਾਰਤ ਦੀਆਂ ਕਈ ਖੋਪੀਆਂ ਏਜੰਸੀਆਂ ਦੇ ਕੋਲ ਜਿਹੜੀ ਇੰਟੈਲੀਜੈਂਸ ਇਨਪੁਟ ਸੀ ਉਸ ਦੇ ਆਧਾਰ ਉੱਤੇ ਇਹਨਾਂ ਤਿੰਨੋਂ ਕ੍ਰਾਈਮਨਲਸ ਨੂੰ ਕਾਬੂ ਕਰ ਲਿਆ ਗਿਆ ਇਨਾ ਵਿੱਚੋਂ ਇੱਕ ਕ੍ਰਿਮੀਨਲ ਉਹੀ ਕ੍ਰਿਮੀਨਲ ਸੀ ਜਿਸ ਨੇ ਜ਼ੀਰਕਪੁਰ ਵਿਖੇ ਇੰਦਰਜੀਤ ਉੱਤੇ ਗੋਲੀਆਂ ਚਲਾਈਆਂ ਸੀ ਇਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਇਸ ਚੀਜ਼ ਦਾ ਤਾਂ ਚੰਗੀ ਤਰ੍ਹਾਂ ਅੰਦਾਜ਼ਾ ਹੋ ਚੁੱਕਾ ਸੀ ਕਿ ਮਨ ਦੇ ਵਿੱਚ ਕੀ ਰੰਜਿਸ਼ ਲੈ ਕੇ ਜੱਸਾ ਮੋਨੋਵਾਲੀਆ ਬੈਠਾ ਹੈ ਤੇ ਸੋਨੂ ਖੱਤਰੀ ਵਰਗੇ ਖਤਰਨਾਕ ਕ੍ਰਿਮੀਨਲ ਦੇ ਨਾਲ ਉਹ ਇਨ ਟੱਚ ਹੈ ਲੇਕਿਨ ਤਿੰਨ ਸਾਢੇ ਤਿੰਨ ਮਹੀਨੇ ਦਾ ਸਮਾਂ ਜਿਹੜਾ ਬੀਤਿਆ ਇਸ ਦੌਰਾਨ ਕੋਈ ਵੀ ਅਜਿਹੀ ਵਿਸ਼ੇਸ਼ ਕੋਸ਼ਿਸ਼ ਕੀਤੀ ਗਈ ਹੋਵੇ ਕੀ ਗੁਰਪ੍ਰੀਤ ਕੌਰ ਜਾਂ ਉਸਦੀ ਮਾਂ ਨੂੰ ਕੋਈ ਸੁਰੱਖਿਆ ਪ੍ਰਦਾਨ ਕੀਤੀ ਗਈ ਥ੍ਰੈਟ ਪਰਸੈਪਸ਼ਨ ਜਿਹੜੀ ਉਹਨਾਂ ਨੂੰ ਸੀ ਇਸ ਦੇ ਬਾਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਤੇ ਜਿਸ ਤਰੀਕੇ ਦੇ ਨਾਲ 17 ਅਕਤੂਬਰ ਨੂੰ ਸ਼ਰਿਆਮ ਕਰੇਵਾਲ ਕੇ ਗੁਰਪ੍ਰੀਤ ਕੌਰ ਤੇ ਰਣਜੀਤ ਕੌਰ ਦੇ ਦੋਵਾਂ ਨੂੰ ਕਤਲ ਕਰਤਾ ਗਿਆ ਇਨਫੈਕਟ ਕਿਹਾ ਜਾਂਦਾ ਹੈ ਕਿ ਜੱਸਾ ਮੋਹੋ ਵਾਲੀਆਂ ਨੇ ਜਿਹੜੇ ਸ਼ੂਟਰ ਸੀ ਜਿਸ ਦੇ ਵਿੱਚ ਜੱਸਾ ਹੈਪੋ ਵਾਲ ਖੁਦ ਸ਼ਾਮਲ ਸੀ ਇਹਨਾਂ ਨੂੰ ਆਰਡਰ ਤੇ ਨਿਰਦੇਸ਼ ਤਾਂ ਇਹ ਦਿੱਤੇ ਜਾਂ ਦਵਾਏ ਸੀ ਕਿ ਇਸ ਗੱੜ ਦੇ ਵਿੱਚ ਵੜ ਕੇ ਸਭ ਨੂੰ ਮਾਰਤਾ ਜਾਏ ਇੱਕ 5 ਸਾਲ ਦਾ ਛੋਟਾ ਜਿਹਾ ਬੱਚਾ ਹੈ ਗੁਰਪ੍ਰੀਤ ਕੌਰ ਤੇ ਜਸਾ ਮੋਣੋ ਵਾਲੀ ਦਾ ਵਿਆਹ ਅੱਜ ਤੋਂ 6 ਸਾਲ ਪਹਿਲਾਂ ਹੋਇਆ ਸੀ ਇਹਨਾਂ ਦਾ 5 ਸਾਲ ਦਾ ਬੱਚਾ ਹੈ ਇਸ ਤਰੀਕੇ ਦੀ ਇੱਕ ਖਤਰਨਾਕ ਸੰਘੀਲ ਤੇ ਦਿਲ ਦਹਿਲਾ ਦੇਣ ਵਾਲੀ ਲੋ ਕੰਡੇ ਖੜੀ ਕਰ ਦੇਣ ਵਾਲੀ ਵਾਰਦਾਤ ਸੀ ਕਿਉਂਕਿ ਦੋ ਮਹਿਲਾਵਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਮਾਰ ਦੇਣਾ ਸੰਬੰਧ ਸੀ ਨਹੀਂ ਸੀ ਇਸ ਸੀ ਦੇ ਬਾਰੇ ਤਾਂ ਅਸੀਂ ਕੁਝ ਪੱਕੀ ਤਰੀਕੇ ਦੇ ਨਾਲ ਗੱਲਬਾਤ ਕਹਿ ਨਹੀਂ ਸਕਦੇ ਲੇਕਿਨ ਜਿੰਨੀ ਬੇਦਰਦੀ ਦੇ ਨਾਲ ਇਹਨਾਂ ਦੋਹਾਂ ਮਾਂ ਧੀਆਂ ਨੂੰ ਮਾਰਿਆ ਗਿਆ ਤੇ ਜੇ ਉਹ ਬੱਚਾ ਸਕੂਲ ਨਾ ਗਿਆ ਹੁੰਦਾ ਤੇ ਉਹ ਜਿਹੜੇ ਬਜ਼ੁਰਗ ਯਾਨੀ ਕਿ ਗੁਰਪ੍ਰੀਤ ਕੌਰ ਦੇ ਪਿਤਾ ਉਸ ਵਕਤ ਘਰ ਹੁੰਦੇ ਤਾਂ ਸ਼ਾਇਦ ਇਸ ਚਪੇਟ ਦੇ ਵਿੱਚ ਇਸ ਹਮਲੇ ਦੇ ਚਪੇਟ ਦੇ ਵਿੱਚ ਉਹਨਾਂ ਨੇ ਵੀ ਆਣਾ ਸੀ ਇਹ ਡਬਲ ਨਹੀਂ ਬਲਕਿ ਟ੍ਰिपल ਮਰਡਰ ਹੋ ਸਕਦਾ ਸੀ ਜਾਂ ਫਿਰ ਚਾਰ ਲੋਕਾਂ ਦਾ ਕਤਲ ਵੀ ਹੋ ਸਕਦਾ ਸੀ ਸੋ ਇਸ ਬਦਨੀਤੀ ਤੇ ਇਸ ਰੰਜਿਸ਼ ਦੇ ਨਾਲ ਵਿਦੇਸ਼ ਤੋਂ ਅਮਰੀਕਾ ਤੋਂ ਬੈਠ ਕੇ ਪੂਰੀ ਦੀ ਪੂਰੀ ਸਾਜਿਸ਼ ਰਚੀ ਗਈ ਇਹ ਕੋਈ ਸਿੰਗਲ ਆਫ ਕੇਸ ਨਹੀਂ ਸੀ ਕਿਉਂਕਿ ਇਸ ਤੋਂ 3 ਦਿਨ ਪਹਿਲਾਂ ਹੀ ਇੱਕ ਹੋਰ ਵਾਰਦਾਤ ਬੰਗੇ ਦੇ ਵਿੱਚ ਇਸੇ ਜੱਸਾ ਹੈਪੋਵਾਲ ਨੇ ਅੰਜਾਮ ਦਿੱਤੀ ਸੀ ਸੋ ਜੱਸਾ ਹੈਪੋਵਾਲ ਜੋ ਕਿ ਸੋਨੂ ਖਤਰੇ ਲਈ ਕੰਮ ਕਰਦਾ ਹੈ ਉਹ ਬੈਕ ਟੂ ਬੈਕ ਦੋ ਜ਼ਿਲ੍ਹਿਆਂ ਦੇ ਵਿੱਚ ਐਡੀਆਂ ਵੱਡੀਆਂ ਵਾਰਦਾਤਾਂ ਤਿੰਨ ਕਤਲ ਆਪਣੇ ਹੱਥਾਂ ਦੇ ਨਾਲ ਕਰ ਗਿਆ ਇਸ ਤੋਂ ਬਾਅਦ ਵੀ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਪੁਲਿਸ ਇਸ ਜੱਸਾ ਹੈਪੋਵਾਲ ਨੂੰ ਫੜਨ ਦੇ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ ਹੁਣ ਅਥੇ ਮੁਰਲਾ ਸਵਾਲ ਇਹ ਹੈ ਕਿ ਜੱਸ ਸੇ ਹੈਪੋਵਾਲ ਨੂੰ ਇਸ ਵਕਤ ਉਸ ਕੈਟੇਗਰੀ ਦੇ ਵਿੱਚ ਕੀ ਪੰਜਾਬ ਪੁਲਿਸ ਨੇ ਸ਼ਾਮਲ ਕੀਤਾ ਜਿਸ ਦੀ ਹੌਟ ਚੇਜ਼ ਜਾਂ ਹੌਟ ਪਰਸੂਟ ਹੋਣੀ ਚਾਹੀਦੀ ਹੈ ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਹੋਰ ਬਹੁਤ ਸੇ ਕ੍ਰਾਈਮਨਲ ਤੇ ਗੈਂਗਸਟਰ ਨੂੰ ਹੈਰੀ ਮੌਰ ਤੋਂ ਲੈ ਕੇ ਹੈਰੀ ਰਾਜਪੁਰੇ ਤੱਕ ਹੋਰ ਬਹੁਤ ਸੇ ਕ੍ਰਾਈਮਨਲਸ ਹੈਗੇ ਨੇ ਜਿਨ੍ਹਾਂ ਨੂੰ ਬਹੁਤ ਹੀ ਸ਼ਿੱਦਤ ਦੇ ਨਾਲ ਪੰਜਾਬ ਪੁਲਿਸ ਲੱਭ ਰਹੀ ਹੈ ਲੇਕਿਨ ਕੀ ਕਾਰਨ ਹੈ ਕਿ ਕੋਈ ਸੇਲੇਬ੍ਰਿਟੀ ਜਾਂ ਕੋਈ ਬੜਾ ਵੱਡਾ ਚਿਹਰਾ ਜਾਂ ਨਾਇਨਵਾਲ ਨਹੀਂ ਹੈ ਨਾ ਕਤਲਾਂ ਦੇ ਵਿੱਚ ਕੀ ਕੋਈ ਜਹਾ ਵਿਕਟਮ ਨਹੀਂ ਹੈ ਜਿਹਦੇ ਪਿੱਛੇ ਲੱਖਾਂial ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ #justiceforso and so ਕਰਕੇ ਕੈਂਪੇਨ ਕਰ ਸਕਦੇ ਨੇ ਕਿ ਇਹੀ ਕਾਰਨ ਹੈ ਕਿ ਇਸ ਕ੍ਰਾਈਮਨਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਇੱਕ ਬਹੁਤ ਹੀ ਡੇਂਜਰਸ ਤੇ ਡਰੈਡਿਡ ਕ੍ਰਾਈਮਨਲ ਹੈ ਜੋ ਕਿ ਦੰਦਨਾੰਦਾ ਹੋਇਆ ਪੰਜਾਬ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਤਲ ਕਰਦਾ ਪਿਆ ਹੈ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਪੰਜਾਬ ਪੁਲਿਸ ਇਨਫੈਕਟ ਨਵਾਂ ਸ਼ਹਿਰ ਤੇ ਐਸਐਸਪੀ ਦੀ ਪ੍ਰੈਸ ਕਾਨਫਰੰਸ ਜਲੰਧਰ ਦੀ ਤਾਂ ਮੈਂ ਪੁਲਿਸ ਦੀ ਜਾਣਕਾਰੀ ਨਹੀਂ ਸੁਣੀ ਲੇਕਿਨ ਨਵਾਂ ਸ਼ਹਿਰ ਦੇ ਪੁਲਿਸ ਮੁਖੀ ਨੇ ਜਦੋਂ ਤਿੰਨ ਲੋਗ ਉਸ ਗੁਰਦੀਪ ਸੋਨੂ ਯਾਨੀ ਕਿ ਜਿਸ ਦਾ ਸੈਲੂਨ ਸੀ ਜਿਸ ਦਾ ਕਤਲ ਜੱਸਾ ਹੈਪੋਵਾਲ ਨੇ ਕੀਤਾ ਉਸ ਦੇ ਬਾਰੇ ਜਾਣਕਾਰੀ ਦੇ ਰਹੇ ਸਨ ਉਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੁਲਿਸ ਨੇ ਕੇਸ ਨੂੰ ਕ੍ਰੈਕ ਕਰ ਲਿਆ ਸੁਲਝਾ ਲਿਆ ਲੇਕਿਨ ਅਸਲ ਦੇ ਵਿੱਚ ਫੈਕਟ ਇਹ ਹੈ ਕਿ ਕਰਨਜੀਤ ਸਿੰਘ ਏਲੀਆਸ ਜੱਸਾ ਹੈਪੋਵਾਲ ਜੋ ਕਿ ਮੱਖਣ ਕੰਗ ਤੋਂ ਲੈ ਕੇ ਰਣਜੀਤ ਕੌਰ ਗੁਰਪ੍ਰੀਤ ਕੌਰ ਅਤੇ ਇਸ ਸੋਨੂ ਗੁਰਦੀਪ ਸੋਨੂ ਦੇ ਕਤਲ ਕੇਸ ਦੇ ਵਿੱਚ ਚਾਰ ਕਤਲ ਕੇਸਾਂ ਦੇ ਵਿੱਚ ਇਨਵੋਲਡ ਹੈ ਇਸ ਨੂੰ ਲੈ ਕੇ ਕੋਈ ਅਜਿਹੀ ਕੈਂਪੇਨ ਪੰਜਾਬ ਪੁਲਿਸ ਨੇ ਚਲਾਈ ਹੋਵੇ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਹੈ ਬਟ ਵੀ ਅਸਿਊਮ ਐਂਡ ਵੀ ਹੋਪ ਕਿ ਅੰਦਰ ਖਾਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਛੇਤੀ ਹੀ ਇਸ ਕ੍ਰਿਮੀਨਲ ਨੂੰ ਫੜ ਲਿਆ ਜਾਏਗਾ ਕਿਉਂਕਿ ਇਸ ਦਾ ਫੜਿਆ ਜਾਣਾ ਇਸ ਵਕਤ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਗੁਰਦੀਪ ਸੋਨੂ ਜਿਸ ਨੂੰ ਕਿ ਬੰਗੇ ਦੇ ਵਿੱਚ ਮਾਰਿਆ ਗਿਆ ਉਸ ਦੀ ਰੰਜਿਸ਼ ਦੀ ਵਜ੍ਹਾ ਬੜੀ ਸਿੰਪਲ ਸੀ ਕਿ ਆ ਜਿਹੜਾ ਗੁਰਦੀਪ ਸੋਨੂ ਸੀ ਇਹਦੀ ਦੁਕਾਨ ਸੀ ਸੈਲੂਨ ਸੀ ਜਿਸ ਦੇ ਬਾਹਰ ਮਾਰਕਟ ਹੋਈ ਸੀ ਕਰਨਜੀਤ ਯਾਨੀ ਕਿ ਜੱਸੇ ਹੈਪੋਵੈਲ ਦੇ ਨਾਲ ਅੱਜ ਤੋਂ ਕੁਝ ਸਮਾਂ ਪਹਿਲਾਂ ਸੋ ਇਸ ਮਾਰਕਟ ਦੀ ਵਜ੍ਹਾ ਮੰਨਿਆ ਜਾਂਦਾ ਹੈ ਕਿ ਗੁਰਦੀਪ ਸੋਨੂ ਦੀ ਜਾਣਕਾਰੀ ਸੀ ਗੁਰਿੰਦਰ ਪਹਿਲਵਾਨ ਦੇ ਨਾਲ ਤੇ ਗੁਰਿੰਦਰ ਪਹਿਲਵਾਨ ਦੀ ਜੱਸੇ ਹੈਪੋਵਾਲ ਦੇ ਨਾਲ ਦੁਸ਼ਮਣੀ ਚੱਲਦੀ ਸੀ ਰੰਜਿਸ਼ ਚੱਲਦੀ ਸੀ ਲੇਕਿਨ ਇੱਕ ਟਿਪ ਆਫ ਦਿੱਤੀ ਗਈ ਕੋਈ ਅਜਿਹੀ ਜਾਣਕਾਰੀ ਦਿੱਤੀ ਕਿ ਜਿਸ ਤੋਂ ਬਾਅਦ ਗੁਰਿੰਦਰ ਪਹਿਲਵਾਨ ਆਂਦਾ ਹੈ ਤੇ ਇਸੇ ਗੁਰਦੀਪ ਸੋਨੂ ਦੀ ਦੁਕਾਨ ਦੇ ਸਾਹਮਣੇ ਕੁੱਟਮਾਰ ਕੀਤੀ ਜਾਂਦੀ ਹੈ ਜੱਸੇ ਹੈਪੋਵਾਲ ਦੇ ਨਾਲ ਤੇ ਇਹੀ ਰੰਜਿਸ਼ ਸੀ ਜਿਸ ਦਾ ਬਦਲਾ ਲੈਣ ਲਈ ਗੁਰਦੀਪ ਸੋਨੂ ਨੂੰ ਬੁਲਾ ਕੇ ਉਸ ਦੀ ਦੁਕਾਨ ਤੋਂ ਬਾਹਰ ਬੁਲਾ ਕੇ ਮੋਟਰਸਾਈਕਲ ਤੇ ਬਿਟਾ ਕੇ ਸੁੰਨਮਸਾਂ ਥਾਂ ਤੇ ਲੈ ਜਾ ਕੇ ਉਸ ਦਾ ਕਤਲ ਕਰਤਾ ਗਿਆ ਜੇ ਬੰਗੇ ਦੀ ਇਸ ਗੁਰਦੀਪ ਸੋਨੂ ਦੇ ਕਤਲ ਦੀ ਵਾਰਦਾਤ ਤੋਂ ਬਾਅਦ ਹੀ ਪੁਲਿਸ ਹਰਕਤ ਵਿੱਚ ਆਈ ਹੁੰਦੀ ਮੈਂ ਨਵਾਂ ਸ਼ਹਿਰ ਪੁਲਿਸ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਹਰਕਤ ਵਿੱਚ ਆ ਜਾਂਦੇ ਨੇ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਕਤਲ ਹੋ ਜਾਏ ਤਾਂ ਐਸਐਸਪੀ ਨੂੰ ਤੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਸਾਨੂੰ ਕਰੈਕ ਕਰਨ ਦੀ ਕਾੜੀ ਪੈ ਜਾਂਦੀ ਹੈ ਲੇਕਿਨ ਇੰਟਰ ਡਿਸਟ੍ਰਿਕਟ ਲੈਵਲ ਤੇ ਜਿਹੜੀ ਕੋਆਰਡੀਨੇਸ਼ਨ ਚਾਹੀਦੀ ਹੈ ਨਵਾਂ ਸ਼ਹਿਰ ਖੁਸ਼ਾਲਪੁਰ ਤੇ ਜਲੰਧਰ ਜਿਹੜੇ ਇਲਾਕਿਆਂ ਦੇ ਵਿੱਚ ਇਹ ਗੈਂਗ ਆਪਰੇਟ ਕਰ ਰਿਹਾ ਜਾਂ ਜੱਸਾ ਹੈਪੋਵਲ ਆਪਰੇਟ ਕਰਦਾ ਪਿਆ ਹੈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਪੋਸੀਬਲੀ ਜਲੰਧਰ ਦੀ ਇਹ ਡਬਲ ਮਰਡਰ ਦੀ ਵਾਰਤਾਤ ਕੱਟੋ ਕਟਾਲੀ ਜ਼ਰੂਰ ਜਾ ਸਕਦੀ ਸੀ ਲੇਕਿਨ ਅਨਫੋਰਚੂਨੇਟਲੀ ਐਜ਼ ਦ ਲੱਕ ਵੁਡ ਹੈਵ ਇਟ ਇਨ ਨਹੀਂ ਹੋ ਪਾਇਆ ਆਉਣ ਵਾਲੀ ਮੇਰੀ ਅਗਲੀ ਰਿਪੋਰਟ ਬੇਸਡ ਹੋਏਗੀ ਸੋਨੂ ਖੱਤਰੀ ਦੇ ਕ੍ਰਿਮੀਨਲ ਗੈਂਗ ਬਾਰੇ ਉਹ ਕ੍ਰਿਮੀਨਲ ਉਹ ਗੈਂਗਸਟਰ ਜੋ ਕਿ ਬਹੁਤ ਹੀ ਲੋ ਪ੍ਰੋਫਾਈਲ ਮੇਨਟੇਨ ਕਰਕੇ ਕਈ ਸਾਲਾਂ ਤੱਕ ਚੱਲਦਾ ਰਿਹਾ ਲੇਕਿਨ ਹੁਣ ਉਹ ਬਣ ਚੁੱਕਾ ਹੈ ਸਰਗਨਾ ਜਿਸ ਨੇ ਸੈਂਕੜਾਂ ਦੀ ਗਿਣਤੀ ਦੇ ਵਿੱਚ ਮੁੰਡੇ ਯਾਨੀ ਕਿ ਕ੍ਰਿਮੀਨਲ 엘ਿਮੈਂਟਸ ਨੂੰ ਅਮਰੀਕਾ ਵਿੱਚ ਸਦ ਲਿਆ ਉਸ ਦਾ ਕ੍ਰਿਮੀਨਲ ਨੈਕਸਸ ਕਿਵੇਂ ਕੰਮ ਕਰਦਾ ਕੁਝ ਝਲਕ ਤਾਂ ਤੁਸੀਂ ਅੱਜ ਦੀ ਰਿਪੋਰਟ ਵਿੱਚ ਵੇਖ ਲਈ ਹੈ ਲੇਕਿਨ ਆਉਣ ਵਾਲੀਆਂ ਰਿਪੋਰਟਾਂ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸੋਨੂ ਖੱਤਰੀ ਦਾ ਉਭਾਰ ਕਿਵੇਂ ਹੋਇਆ ਉਸ ਦੀ ਅਲਾਈਨਮੈਂਟਸ ਕੀ ਰਹੀਆਂ ਨੇ ਹਰਵਿੰਦਰ ਰਿੰਦੇ ਦਾ ਉਹ ਕੇਸ ਵੱਰ ਰਿਹਾ ਹੈ ਲੋਰੈਂਸ ਬਿਸ਼ਨੋਈ ਦੀ ਲੀਗ ਦੇ ਨਾਲ ਜੁੜ ਕੇ ਕੰਮ ਕਰਦਾ ਹੈ ਅੱਜ ਭਾਰਤ ਦੀਆਂ ਦੇਸ਼ ਦੀਆਂ ਜਾਂਚ ਏਜੰਸੀਆਂ ਲਈ ਇੱਕ ਬਹੁਤ ਵੱਡਾ ਸਰਦਰਦ ਬਣ ਚੁੱਕਾ ਹੈ ਜ਼ਿਕਰ ਚਰਚਾਵਾ ਕੱਟ ਨੇ ਲੇਕਿਨ ਅਪਰਾਧ ਜਗਤ ਸੰਗਠਿਤ ਅਪਰਾਧ ਜਗਤ ਦੇ ਵਿੱਚ ਇੱਕ ਵੱਡਾ ਨਾਮ ਬਣ ਚੁੱਕਾ ਹੈ ਸੋਨੂ ਖਤਰੀ ਅਗਲੀ ਰਿਪੋਰਟ ਦੇ ਵਿੱਚ ਉਸ ਬਾਰੇ ਗੱਲਬਾਤ ਕਰਾਂਗੇ